ਸਾਨੂੰ ਪਤਾ ਲੱਗਿਆ ਮੇਰੀ ਜੇਠ ਦੀ ਪੋਤੀ ਆ, ਸਾਡੀ ਗੁਆਂਢਣ ਨੇ ਜਾ ਕੇ ਦੱਸਿਆ ਵੀ ਆਹ ਗੱਲ ਐਂ ਕਰੀ ਸਰ ਪੋਤੀ ਨਾਲ। ਮੈਂ ਚੌਥੀ ਭੱਜ ਦਿਓ, ਫਿਰ ਮੈਂ ਆਖਿਆ ਇਹਨਾਂ ਨੂੰ ਮਹਾਂ ਤੁਸੀਂ ਭੱਜ ਦਿਓ, ਮਹਾਂ ਕਿਧਰੇ ਨਾ ਕਿਧਰੇ ਜਾਓ, ਥਾਣੇ 'ਚ ਜਾਈਏ। ਫਿਰ ਮੇਰੇ ਮੁੰਡੇ ਨੂੰ ਬੁਲਾਇਆ ਜੀ, ਫਿਰ ਇਸ ਮੋਟਰਸਾਈਕਲ 'ਤੇ ਥਾਣੇ 'ਚ ਆਏ, ਪਹਿਲਾਂ ਹਸਪਤਾਲ 'ਚ ਆਏ, ਹੁਣ ਥਾਣੇ 'ਚ ਆਏ। ਇਹਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ। ਇਹ ਕਿਵੇਂ ਘਟਨਾ ਵਾਪਰੀ ਸੀ, ਕਿਵੇਂ ਕੁੜੀਆਂ ਨੂੰ ਛੱਡ ਗਏ ਸੀ? ਅਸੀਂ ਕੁੜੀਆਂ ਨੂੰ ਇਹਨਾਂ ਨੇ ਅਸੀਂ ਬਹੁਤ ਆਖਦੇ ਸੀ ਵੀ ਨਾ ਛੱਡਿਆ ਕਰ, ਇਹ ਕੱਖ ਲੈਣ ਵਗ ਗਈਆਂ ਉਹਨਾਂ ਦੇ ਭਰੋਸੇ 'ਤੇ ਛੱਡ ਕੇ। ਭਰੋਸਾ ਬਹੁਤ ਵੱਡੀ ਚੀਜ਼ ਹੁੰਦੀ ਆ, ਭਰੋਸਾ ਉਹਨੇ ਸਮਝਿਆ ਨਹੀਂ। ਕੀ ਲੱਗਦਾ ਸੀ ਇਹ ਕੁੜੀ ਦਾ ਜੀ? ਕੁੜੀ ਦਾ ਤਾਂ ਜਿਉਂ ਦਾਦਿਆਂ ਦੇ ਥਾਂ ਵੀ ਲੱਗਦਾ ਜੀ। ਕਿੰਨੀ ਸਾਲ ਦੀ ਉਮਰ ਹੈ ਜੀ, ਕੀ ਨਾਮ ਹੈ ਇਹਦਾ? ਇਹਦੀ ਉਮਰ ਹੈਗੀ ਜੀ 60 ਸਾਲ ਦੀ, ਹੁਣ ਬੁੱਢੇ ਦਾ ਰਹਿਣਾ ਰਹਿੰਦਾ। ਅੱਛਾ, ਸਿੱਖਿਆ ਗਾ ਇਹ। ਨਾਮ ਕੀ ਹੈ ਜੀ? ਇਹਦਾ ਨਾਮ ਪਾਲਾ ਜੀ। ਪਾਲਾ ਸਿੰਘ। ਹੁਣ ਕੀ ਮੰਗ ਕਰਦੇ ਹੋ ਤੁਸੀਂ? ਇਸੇ ਮੰਗ ਇਹੀ ਕਰਦੇ, ਇਹਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਹੈ, ਇਹਨੂੰ ਫਾਂਸੀ ਦਾ ਹੁਕਮ ਹੋਵੇ। ਠੀਕ ਹੈ। ਸਾਡੇ ਪਿੰਡ 5 ਸਾਲ ਦੀ ਬੱਚੀ ਅਤੇ 65 ਸਾਲ ਦੇ ਬੰਦੇ ਨੇ ਇੰਨਾ ਗੁਨਾਹ ਕੀਤਾ ਹੈਗਾ ਜਿਹੜਾ ਅਸੀਂ ਦੱਸ ਨਹੀਂ ਸਕਦੇ। ਉਹ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ। ਜਦੋਂ ਅਸੀਂ ਉਹਨਾਂ ਦੇ ਘਰ ਪਹੁੰਚੇ ਤਾਂ ਉਹਨਾਂ ਨੇ ਦੱਸਿਆ ਉਹਨਾਂ ਦੇ ਘਰ ਦੇ ਕੱਖ ਕੁੱਟਣ ਗਏ ਸੀਗੇ। ਉਦੋਂ ਬਾਅਦ ਉਸ ਬੰਦੇ ਨੇ ਉਹ 5 ਸਾਲ ਦੀ ਬੱਚੀ ਨਾਲ ਬਲਾਤਕਾਰ ਕੀਤਾ ਅਤੇ ਹੁਣ ਇਹ ਸਾਰਾ ਪਰਿਵਾਰ ਥਾਣੇ ਵਿੱਚ ਪਹੁੰਚਿਆ ਹੋਇਆ। ਹੁਣ ਥਾਣੇ ਵਾਲੇ ਕਾਰਵਾਈ ਕਰ ਰਹੇ ਨੇਗੇ। ਅਸੀਂ ਕਹਿੰਦੇਗੇ, ਸਾਡੀ ਹੱਥ ਬੰਨ੍ਹ ਕੇ ਬੇਨਤੀ ਆ ਵੀ ਇਹ ਬੰਦੇ ਨੂੰ ਫਾਂਸੀ ਦੀ ਸਜ਼ਾ ਕੀਤੀ ਜਾਵੇ। ਕੀ ਘਟਨਾ ਵਾਪਰੀ ਆ? ਇੱਕ 5 ਸਾਲ ਦੀ ਬੱਚੀ ਨਾਲ 60 ਸਾਲ ਦੇ ਬਜ਼ੁਰਗ ਨੇ ਜ਼ਬਰਦਸਤੀ ਕੀਤੀ ਆ। ਬੱਚੀ ਦੀ ਹਾਲਤ ਇਸ ਤਰ੍ਹਾਂ ਹੋ ਗਈ ਸੀ ਕਿ ਦੇਖੀ ਨਹੀਂ ਜਾ ਸਕਦੀ ਸੀ। ਸੋ ਇਸ ਸਮੇਂ ਅਸੀਂ ਨਗਰ ਦੇ ਬਹੁਤ ਵਿਦਵੰਤ ਸੱਜਣ ਥਾਣੇ ਦੇ ਵਿੱਚ ਹਾਜ਼ਰ ਹਾਂ। ਸੋ ਅਸੀਂ ਕਾਨੂੰਨ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੇ ਆਰੋਪੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਇਹ ਜਿਹੜਾ ਥਾਣਾ ਲਹਿਰਾ ਦੇ ਹਦੂਰ ਦੇ ਅੰਦਰ ਇੱਕ ਪਿੰਡ ਦੇ ਵਿੱਚ ਇੱਕ 5 ਸਾਲ ਦੀ ਬੱਚੀ ਦੇ ਨਾਲ ਇੱਕ 60-65 ਸਾਲ ਦੇ ਬਜ਼ੁਰਗ ਵੱਲੋਂ ਰੇਪ ਕਰਨਾ ਪੈ ਗਿਆ ਅਤੇ ਜੋ ਅਸੀਂ ਉਹਦਾ ਸਿਵਲ ਹਸਪਤਾਲ ਲਹਿਰੇ ਤੋਂ ਲੜਕੀ ਦਾ ਮੈਡੀਕਲ ਕਰਾ ਕੇ ਕਾਰਵਾਈ ਮੁਕੱਦਮਾ ਦਰਜ ਕਰ ਦਿੱਤਾ ਹੈ, ਜਿਹਦੀ ਸਾਡੀ ਲੇਡੀ ਸਬ ਇੰਸਪੈਕਟਰ ਡਿਵੀਜ਼ਨ ਐਸਐਚਓ ਪ੍ਰੀਤ ਗਰਗ ਵੱਲੋਂ ਇਹ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਜਿਹਦੇ ਵਿੱਚ ਦੋਸ਼ੀ ਨੂੰ ਆਪਾਂ ਗ੍ਰਿਫਤਾਰ ਕਰ ਲਿਆ, ਇਹਦੇ 'ਚ ਅਸੀਂ ਮੁਕੱਦਮਾ ਦਰਜ ਕਰ ਲਿਆ ਹੈ। ਕਿਵੇਂ ਇਹਨਾਂ ਜਿਹੜੀ ਬੱਚੀ ਆ 5 ਸਾਲ ਦੀ, ਇਹਦੇ ਜਿਹੜੇ ਮਾਸੀ ਹੈ ਇਹ ਦੋਸ਼ੀ, ਉਹਦਾ ਸਹੁਰਾ ਲੱਗਦਾ ਹੈ। ਇਹ ਇੱਕੋ ਪਿੰਡ ਦੇ ਵਿੱਚ ਨਾਲ ਘਰ 'ਚ ਰਹਿੰਦੇ ਹਨ ਅਤੇ ਦਿਹਾੜੀ ਰੁਪਏ ਦਾ ਕੰਮ ਕਰਦੇ ਹਨ। ਉਹਦੀ ਜਿਹੜੀ ਮਾਂ ਹੈ 5 ਸਾਲ ਦੀ ਲੜਕੀ ਦੀ, ਉਹ ਘਾਵੜਨ ਗਈ ਹੋਈ ਸੀਗੀ ਅਤੇ ਉਹ ਬੱਚੇ ਆਪਣੀ ਭੈਣ ਕੋਲ ਛੱਡ ਗਈ ਸੀ ਅਤੇ ਉਹ ਨਾਲ ਹੀ ਘਰ 'ਚ, ਅਤੇ ਉਹ ਜਦੋਂ ਉਹਦੀ ਭੈਣ ਵੀ ਆਪਣਾ ਕੰਮ ਕਰਨ ਲਈ ਦਿਹਾੜੀ ਰੁਪਏ ਲਈ ਅੱਗੇ ਚਲੀ ਗਈ ਖੇਤਾਂ 'ਚ, ਅਤੇ ਸ਼ਾਮੀ ਇਹ ਕੋਈ 4-5 ਵਜੇ ਦੇ ਕਰੀਬ ਘਟਨਾ ਵਾਪਰੀ ਹੈ, ਅਤੇ ਜਿਹਦੀ ਅਸੀਂ ਫੌਰੀ ਐਕਸ਼ਨ ਲੈਂਦੇ ਹੋਏ ਸਾਰੀ ਕਾਰਵਾਈ ਕੰਪਲੀਟ ਕਰ ਲਈ। ਕੀ ਧਾਰਾ ਲਈ ਗਈ ਹੈ ਜੀ ਇਹਨਾਂ? ਇਹਦੇ ਵਿੱਚ ਬੱਚਿਆਂ ਵਾਲਾ ਪੋਕਸੋ ਐਕਟ ਲੱਗਿਆ ਹੈ 304 ਅਤੇ 376 AB, ਉਹ ਵੱਡੀਆਂ ਧਾਰਾ ਲੱਗੀਆਂ ਨੇ, ਸੀਰੀਅਸ ਅਫੈਂਸ ਹੋ ਕਰਕੇ ਵੱਡੀ ਕਾਰਵਾਈ ਹੈ ਜੀ। ਹੁੰਦੀ ਆ ਮੇਰੀ ਭਤੀਜੀ ਹੈਗੀ, ਮੇਰਾ ਛੋਟਾ ਭਰਾ ਹੈਗਾ, ਇਹ ਕੰਮ ਧੰਦੇ ਬਾਹਰ ਗਿਆ ਸੀਗਾ, ਪਰ ਜਾਈ ਖੇਤ ਗਏ ਸੀ ਕੱਖ ਲੈਣਾ। ਇਹ ਬੱਚਿਆਂ ਨੂੰ ਆਪਦੀ ਵੱਡੀ ਭੈਣ ਦੇ ਘਰ ਛੱਡ ਗਈ, ਉਹਦੇ ਸਹੁਰੇ ਨੇ ਇਹ ਘਟਨਾ ਵਾਪਰੀ ਹੈ। ਕਿੰਨੇ ਸਾਲ ਦੀ ਬੱਚੀ ਸੀ? 5 ਸਾਲ ਦੀ ਬੱਚੀ ਜੀ, 65 ਸਾਲ ਦਾ ਉਹ ਬੁੜਾ ਹੈਗਾ ਜੀ। ਕੀ ਮੰਗ ਭੈਣ ਦਾ ਸਾਰਾ ਜੀ? ਕੀ ਮੰਗ ਕਰਦੇ ਹੋ? ਮੰਗ ਸਾਡੀ ਸਭ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ, ਇਹਨੂੰ ਸਖ਼ਤ ਤੋਂ ਸਖ਼ਤ ਫਾਂਸੀ ਦੀ ਸਜ਼ਾ ਹੋਵੇ।